ਕਨਾਂ ਤੋਂ ਦੇਖ ਰਹੇ ਦਰਸ਼ਕਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ। ਅਤੇ ਇਸ ਵਕਤ ਅਸੀਂ ਪਿੰਡ ਛਾਲੇ ਚੱਕ ਜਿਹੜਾ ਕਿ ਡਿਸਟ੍ਰਿਕਟ ਗੁਰਦਾਸਪੁਰ ਦੇ ਵਿੱਚ ਪੈਂਦਾ ਪਿੰਡ ਹੈ, ਉਹ ਪਿੰਡ ਦੇ ਵਿੱਚ ਅਸੀਂ ਸਾਬਕਾ ਸਰਪੰਚ ਸਰਦਾਰ ਰਤਨ ਸਿੰਘ ਜੀ, ਸਾਨੂੰ ਸਰਦਾਰ ਤੇਜਾ ਸਿੰਘ ਜੀ ਉਹਨਾਂ ਦੇ ਨਿਵਾਸ ਸਥਾਨ 'ਤੇ ਇਸ ਵਕਤ ਉਹਨਾਂ ਦੇ ਨਾਲ ਮੌਜੂਦ ਹਾਂ। ਅਤੇ ਅਸੀਂ ਉਹਨਾਂ ਕੋਲੋਂ ਆ ਰਹੀ ਇਲੈਕਸ਼ਨ ਜਿਹੜੀ ਹੈ ਉਹਦੇ ਸੰਬੰਧਿਤ ਕੁਛ ਗੱਲਬਾਤ ਕਰਾਂਗੇ, ਅਤੇ ਨਾਲੇ ਉਹਨਾਂ ਕੋਲੋਂ ਉਹਨਾਂ ਦੇ ਜਿਹੜੇ ਕਿ ਜਦੋਂ ਸਰਪੰਚ ਸੀ ਉਹਨਾਂ ਦੀ ਸਰਪੰਚੀ ਦੇ ਵੇੜੇ ਦੇ ਕੁਛ ਕੰਮਾਂ ਬਾਰੇ ਵੀ ਜਾਣਕਾਰੀ ਲਵਾਂਗੇ। ਅਤੇ ਆਓ ਹੁਣ ਤੁਹਾਡੇ ਰੂਬਰੂ ਕਰਵਾਉਂਦੇ ਹਾਂ ਸਰਪੰਚ ਸਰਦਾਰ ਰਤਨ ਸਿੰਘ ਜੀ, ਜਿਹੜੇ ਕਿ ਪਿੰਡ ਛਾਲੇ ਚੱਕ ਤੋਂ ਸਾਬਕਾ ਸਰਪੰਚ ਰਹਿ ਚੁੱਕੇ ਨੇ ਅਤੇ ਹੁਣ ਸਾਡੇ ਨਾਲ ਮੌਜੂਦ ਨੇ। ਅਤੇ ਹਾਂਜੀ ਸਰ, ਤੁਸੀਂ ਸਰ ਕੁਛ ਆਪਣੇ ਹਲਕੇ ਦੇ MLA ਸਾਹਿਬ ਨਾਲ ਤੋਂ ਸਾਡੇ ਹਲਕੇ ਦੇ ਵਿਕਾਸ ਦੇ ਪਿੰਡਾਂ ਦਾ ਵਿਕਾਸ ਵੀ ਕਰਦੇ ਨੇ ਅਤੇ ਬਹੁਤ ਹੋਇਆ ਵਾ ਅਤੇ ਉਹਨਾਂ ਦੇ ਨਾਲ ਆ ਅਤੇ ਉਹਨਾਂ ਦੇ ਬਹੁਤ ਬਹੁਤ ਧੰਨਵਾਦ। ਠੀਕ ਹੈ। ਅਤੇ ਅੱਛਾ ਸਰ, ਆਪਣੇ ਤੁਸੀਂ ਜਦੋਂ ਸਰਪੰਚ ਬਣੇ ਸੀ ਫਸਟ ਟਾਈਮ ਜਦੋਂ ਤੁਸੀਂ ਆਪਣੀ ਟਰਨ ਦੇ ਵਿੱਚ ਸਰਪੰਚ ਸੀ ਮੌਜੂਦਾ, ਉਸ ਟਾਈਮ 'ਤੇ ਸ਼ਮਸ਼ਾਨ ਘਾਟ ਜਿਹੜੀ ਸੀ ਉਹਦੀ ਕੰਡੀਸ਼ਨ ਕਿੱਦਾਂ ਦੀ ਸੀ? ਉਦੋਂ ਤਾਂ ਉਹਦੀ ਹਾਲਤ ਬਹੁਤ ਖਸਤਾ ਸੀਗੀ ਅਤੇ ਅਸੀਂ ਚਾਰ ਦੁਆਰੀ ਉੱਚੀ ਕਰਕੇ ਪਲਸਤਰ ਕਰਾਇਆ ਅਤੇ ਆਪਣੇ ਉਹਦੇ ਵਿੱਚ ਅਸੀਂ ਬਸ ਪਾਏ ਅਤੇ ਸਲੈਬਾਂ ਬਣਾਈਆਂ ਅਤੇ ਥੜੇ ਬਣਾਏ ਅਤੇ ਕੰਗੀਠਾ ਸਾਹਿਬ ਵੀ ਵਧੀਆ ਬਣਾਇਆ ਅਤੇ ਹੁਣ ਉੱਥੇ ਕੋਈ ਘਾਹ ਬੋਸ ਨਹੀਂ ਗਾ, ਐਨ ਸਾਫ ਸੁਥਰਾ ਥਾਂ ਵਾ ਅਤੇ ਵਧੀਆ ਉਹਨੂੰ ਇੱਕ ਨੰਬਰ 'ਤੇ ਅਸੀਂ ਬਣਾਇਆ ਤਿਆਰ ਕੀਤਾ। ਇਹ ਤੁਸੀਂ ਮਤਲਬ ਆਪਣੀ ਆਪਣੇ ਦੌਰਾਨ ਕੀਤਾ? ਦੌਰਾਨ ਕੋਈ ਸਾਨੂੰ ਗਰਾਂਟ ਮਿਲੀ ਸੀ ਅਤੇ ਕੋਈ ਇੱਕ ਚਾਰ ਪੰਜ ਵਿੱਚ ਅਤੇ ਕੋਲ ਨੂੰ ਲਾ ਵਧੀਆ ਵਧੀਆ ਬਣਾ ਕੇ ਜਿਹੜਾ ਆਪਣਾ ਅਸਲੀ ਘਰ ਹੈ ਸਰ ਐਂਡ ਆ ਗਏ ਉੱਥੇ ਹੀ ਹੋਣਾ, ਚਾਹੇ ਆਪਾਂ ਟੈਂਕੀ ਹੈਗੀ ਵਾਟਰ ਸਪਲਾਈ ਦੀ, ਗਰੀਬ ਲੋਕ ਕੋਈ ਹਰ ਇੱਕ ਜਿਹਨੂੰ ਲੋੜਵੰਦ ਆ ਉਹ ਕਨੈਕਸ਼ਨ ਲਏ ਨੇ ਅਤੇ ਉਹਨਾਂ ਨੇ ਪਾਣੀ ਰੱਖਦੇ ਨੇ ਵਧੀਆ। ਅਤੇ ਗੰਦੇ ਪਾਣੀ ਦਾ ਨਿਕਾਸ ਦਿੱਤਾ? ਗੰਦੇ ਪਾਣੀ ਦਾ ਸਾਡੇ ਲਾਗੋਂ ਦੇ ਇੱਕ ਡਰੇਨ ਲੰਘਦੀ ਆ ਅਤੇ ਸਾਰੇ ਪਿੰਡ ਦਾ ਚਾਰ ਨਾਲੇ ਚਾਕੇ ਨਾਲੇ ਬਣੇ ਆ ਅਤੇ ਉਹ ਪਾਣੀ ਜਿਹੜਾ ਡਰੇਨ ਸਰ ਪਿੰਡ 'ਚ ਤਾਂ ਨਹੀਂ ਖਲੋਂਦਾ, ਗਲੀਆਂ ਵਿੱਚ ਗਲੀਆਂ ਨਾਲੀਆਂ ਪਾਣੀ ਕਿਤੇ ਨਹੀਂ ਖਲੋਂਦਾ, ਜਿਹੜੇ ਕੋਈ ਹੈ ਉਹ ਤਿਆਰ ਸਰਪੰਚ ਕਰ ਦਿੰਦਾ, ਕੋਈ ਪਹਿਲਾਂ ਕੀਤੀਆਂ ਸਾਰੀ ਨਾਲੀ ਤਿਆਰ ਕੀਤੇ ਉਹ ਰਹਿ ਗਏ ਮੋਹਰੇ ਮੌਜੂਦਾ ਸਰਕਾਰ ਕਰਦੀ ਹੈ। ਠੀਕ। ਅਤੇ ਸਰ ਜਿੱਦਾਂ ਮੰਨ ਲਓ ਕਿ ਪਿੰਡ 'ਚ ਕੋਈ ਪੰਚਾਇਤ ਘਰ ਹੁੰਦਾ ਜਾਂ ਜੰਝ ਘਰ ਜਾਂ ਕੋਈ ਧਰਮਸ਼ਾਲਾ, ਇਹ ਇੱਦਾਂ ਦਾ ਕੋਈ ਆਪਣੇ ਪਿੰਡ ਦੇ ਵਿੱਚ ਹੈ? ਹਾਂ, ਇਹ ਸਾਰੀ ਚੀਜ਼ਾਂ ਹੈਗੀਆਂ ਨੇ ਅਤੇ ਕੋਈ ਤਿਆਰ ਹੋ ਰਹੀਆਂ ਮਤਲਬ ਰਿਪੇਅਰ ਹੋ ਰਹੀਆਂ ਨੇ। ਅੱਛਾ। ਕੋਈ ਤਿਆਰ ਹੋ ਰਹੀਆਂ ਹੈ ਨੇ ਅਤੇ ਜਗ੍ਹਾ ਹੈਗੀਆਂ ਅਤੇ ਧਰਮਸ਼ਾਲਾ ਦੀ ਘਰ ਦੀ ਵੀ ਹੈ ਵਾ ਅਤੇ ਕਮਿਊਨਿਟੀ ਹਾਲ ਦੀ ਵੀ ਜਗ੍ਹਾ ਹੈਗੀ ਹੈ, ਪਰ ਉਹ ਆਪਣੇ ਕੋਈ ਵਿਹਲੀ ਕਰਕੇ ਪਬਲਿਕ ਨੇ ਵਰਤੀ ਹੈ। ਅੱਛਾ, ਪਬਲਿਕ ਵਰਤ ਰਹੀ ਹੈ, ਯੂਜ਼ ਕਰ ਰਹੀ ਹੈ। ਇਹ ਆ ਵੀ ਜੇ ਕੋਈ ਚੀਜ਼ ਦੀ ਗ੍ਰਾਂਟ ਸਰਕਾਰ ਲੈ ਕੇ ਤਾਂ ਮੰਨ ਵਰਤੀ ਜਾਏਗੀ ਵੱਡੀ, ਠੀਕ ਉਹ ਪਿੰਡ ਦੀ ਸਹਿਮਤੀ ਨਾ ਹੋਣਾ ਸਭ ਕੁਝ। ਠੀਕ। ਅਤੇ ਸਰ ਜਦੋਂ ਤੁਹਾਡੀ ਟਰਨ ਸੀ ਉਸ ਟਾਈਮ 'ਤੇ ਫਲੈਸ਼ਾਂ ਦੀ ਸਕੀਮ ਆਈ ਸੀ ਅਤੇ ਤੁਸੀਂ ਸਕੀਮ ਆਈ ਤਾਂ ਜਿਹੜੇ ਲੋਕਾਂ ਨੂੰ ਜਿੰਨੀ ਅਸੀਂ ਤਿਆਰ ਕਰਵਾਉਂਦੇ ਹਾਂ ਕਈਆਂ ਅਸੀਂ ਉਹ ਲੋਕਾਂ ਕੋਲ ਤਿਆਰ ਹੀ ਨਹੀਂ ਹੁੰਦੀਆਂ, ਸਾਡੇ ਸਰਪੰਚ ਕੋਲ ਪੈਸੇ ਲਾਏ ਸਰਪੰਚ ਕਿੱਥੋਂ ਲਾਵੇ, ਠੀਕ ਹੈ ਕਿ ਜਿਹੜੀ ਗ੍ਰਾਂਟ ਮਿਲਦੀ ਸੀ ਜਿੰਨਾ ਕੁ 5,000 ਰੁਪਏ ਪਹਿਲਾਂ ਟਰਨ ਦਾ 15,000 10 ਫਲੈਸ਼ਾਂ ਰਹੀਆਂ ਸੀ 15, ਉਹੀ ਉਹ ਬਣਦੀਆਂ ਅਤੇ ਗਾੜੀ ਹੋਰ ਮਿਲਦੀਆਂ ਸੀ, ਉਹ 5,000 ਰੁਪਏ ਲਾ ਦਿੰਦੇ ਟੋਟਾ ਫੁੱਟ ਹੋ ਜਾਂਦੇ, ਮੁੜ ਕੇ ਗਾੜੀ ਕਸਟਮਰ ਕੋਲ ਤਿਆਰ ਨਹੀਂ ਹੁੰਦੀ, ਇਹਦੇ ਸਰਪੰਚ ਨੂੰ ਸਿੱਧੇ ਪੈਸੇ ਮਿਲਦੇ ਸਿੱਧਾ ਤਿਆਰ ਕਰਦਾ ਫਿਰ ਠੀਕ ਸੀ, ਫਿਰ ਜਿੰਨੀ ਮਰਜ਼ੀ ਬਿਲਕੁਲ ਬਿਲਕੁਲ ਪਹਿਲਾਂ ਵਾਂਗੂ ਸਕੀਮ ਠੀਕ ਸੀ ਜਿਹੜੀ ਮਤਲਬ ਠੇਕੇਦਾਰਾਂ ਨੂੰ ਠੇਕੇਦਾਰ ਦਿੱਤਾ ਜਾਂਦਾ ਜਾਂ ਸਰਪੰਚ ਨੂੰ ਦਿੱਤਾ ਜਾਂਦਾ ਉਹ ਵਧੀਆ ਸੀ, ਜਿਹੜੀ ਇਹ ਮਤਲਬ ਤਿਆਰ ਕਰਨ ਵਾਸਤੇ ਦੇਣੀ ਆ ਵੀ ਘਰ ਵਾਸਤੇ ਤਿਆਰ ਕਰ ਮੁੜ ਕੇ ਕਿਸੇ ਮਿਲਣੀ ਇਸ ਤਰ੍ਹਾਂ ਉਹ ਗਰੀਬ ਲੋਕਾਂ ਕੋਲ ਪੈਸੇ ਨਹੀਂ, ਇਸ ਕਰਕੇ ਮਤਲਬ ਕੰਮ ਅਧੂਰਾ ਹੋਇਆ, ਇਹਦੇ ਕੰਮ ਸਰਪੰਚ ਨੂੰ ਮਿਲਿਆ, ਸਰਪੰਚਾਂ ਰਾਹੀਂ ਕੰਮ ਜਿਹੜਾ ਵਾ ਉਹ ਵਧੀਆ ਵਧੀਆ ਹੁੰਦਾ, ਬਿਲਕੁਲ ਸਰ ਇਹ ਤਾਂ ਗੱਲ ਸੀ, ਸਰਪੰਚ ਨੂੰ ਘਰ ਜਿੱਥੋਂ ਮਰਜ਼ੀ ਜਿਹੜੀ ਵੋਟ ਦਿੱਤੀ ਹੁੰਦੀ ਆ ਵੋਟ ਵਾਲਾ ਆਉਂਦਾ ਅਸੀਂ ਵੀ ਕਿੱਥੋਂ ਲਾਈਏ, ਜੇ ਜਿਹੜੇ ਸਾਨੂੰ ਸਿੱਧੇ ਪੈਸੇ ਤੇ ਇੰਨੀ ਦੀ ਫਲੈਸ਼ ਜਿਹੜੀ ਬਣਦੀ ਹੈ। ਪਿੰਡ ਦੇ ਵਿੱਚ ਸਕੂਲ ਵਗੈਰਾ ਕੋਈ ਹੈ? ਹਾਂਜੀ, ਪ੍ਰਾਇਮਰੀ ਸਕੂਲ ਹੈ ਬਹੁਤ ਵਧੀਆ। ਅੱਛਾ। ਅਤੇ ਆਂਗਨਵਾੜੀ ਵੀ ਹੈ? ਆਂਗਨਵਾੜੀ ਵੀ ਦੋ ਨੇ, ਦੋ ਮੈਡਮਾਂ ਨੇ। ਅੱਛਾ। ਉਹਦੀ ਬਿਲਡਿੰਗ ਅਲੱਗ ਆ? ਉਹਦੀ ਬਿਲਡਿੰਗ ਮੈਂ ਤਿਆਰ ਕੀਤੀ, ਮੈਨੂੰ ਗ੍ਰਾਂਟ ਮਿਲੀ ਸੀ 7,00,000 ਰੁਪਇਆ, ਉਹ ਮੈਂ ਤਿਆਰ ਵਧੀਆ ਕੀਤੀ ਆਂਗਨਵਾੜੀ ਦੀ। ਇੱਕ ਸਕੂਲ ਦੇ ਵਿੱਚ ਪਹਿਲੇ ਇੱਕ ਅੱਛਾ ਇੱਕ ਪ੍ਰਾਇਮਰੀ ਸਕੂਲ 'ਚ ਪਹਿਲਾਂ ਸਕੂਲ ਦੇ ਵਿੱਚ ਹੀ ਕਮਰੇ 'ਚ ਹੀ ਸਕੂਲ 'ਚ ਹੀ ਪਹਿਲਾਂ, ਅਤੇ ਇੱਕ ਸਾਨੂੰ ਗ੍ਰਾਂਟ ਮਿਲੀ ਉਹ ਤਿਆਰ ਕਰਦੇ ਰਹਿੰਦੇ, ਉੱਥੇ ਪ੍ਰਾਇਮਰੀ ਸਕੂਲ ਵੀ ਉੱਥੇ ਹੀ ਹੈ ਬੱਚੇ ਅਤੇ ਆਂਗਨਵਾੜੀ ਦੇ ਵੀ ਆਂਗਨਵਾੜੀ ਦੇ ਵੀ ਉੱਥੇ ਹੀ ਪ੍ਰਾਇਮਰੀ ਦੇ ਵਿੱਚ, ਜਿਹਦੇ ਇੱਕ ਅਲੱਗ ਬਿਲਡਿੰਗ ਤਿਆਰ ਆਂਗਨਵਾੜੀ ਦੀ ਇੱਕ ਅਲੱਗ ਤਿਆਰ ਕਰਦੇ, ਉਹ ਵੀ ਮੇਰੇ ਮੇਰੇ ਜਿਹੜੇ ਤੁਹਾਡੇ ਸਰਪੰਚ ਦੇ ਦੌਰਾਨ ਠੀਕ। ਅਤੇ ਅੱਛਾ ਸਰ, ਹੋਰ ਇਸ ਤੋਂ ਇਲਾਵਾ ਕੋਈ ਜਿੱਦਾਂ ਮੰਨ ਲਓ ਕਿ ਕੋਠਿਆਂ ਦੇ ਕੱਚਿਆਂ ਦੇ ਪੈਸੇ ਆਏ ਹੋਣ ਜਾਂ ਰਿਪੇਅਰ ਵਾਸਤੇ ਜਾਂ ਕੱਚੇ ਕੋਠਿਆਂ ਦੇ ਆਏ ਆ ਬੇ ਮਤਲਬ 5-7 ਘਰਾਂ ਦੇ, ਉਹ ਮਨਜ਼ੂਰ ਮੈਂ ਕਰਵਾਏ ਸੀ ਆਪਣੇ ਵੇਲੇ ਆਪਣੇ ਦੌਰਾਨ, ਅਤੇ ਬਾਅਦ 'ਚ ਜਾਂ ਮੌਜੂਦਾ ਸਰਪੰਚ ਬਣਿਆ ਖਰਾਬ ਦਾ ਉਹ ਮੌਜੂਦਾ ਬਣਿਆ ਮੇਰੇ ਕਾਗਜ਼ ਮਿਲੇ ਉਹਨਾਂ ਨੇ ਤਿਆਰ ਕੀਤਾ ਠੀਕ ਘੰਟਾ ਗਿਆ।
ਅਤੇ ਸਰ ਆਪਣੇ ਗਰਾਊਂਡ ਹੈ ਕੋਈ ਪਿੰਡ ਦੇ ਵਿੱਚ? ਗਰਾਊਂਡ ਆਪਣੇ ਪ੍ਰਾਈਮਰੀ ਸਕੂਲ ਦੀ ਬਹੁਤ ਅੱਗੇ ਗਰਾਊਂਡ ਹੈ, ਉਹਦੀ ਬੈਕ ਸਾਈਡ ਜਿਹੜੀ ਗਰਾਊਂਡ ਹੈ। ਅੱਛਾ ਜੀ। ਅਗਲੇ ਸਕੂਲ ਦਾ ਅਤੇ ਮਤਲਬ ਅੱਛਾ ਅਗਲੇ ਬੰਨੇ ਸਕੂਲ ਦੇ ਪਿੱਛੇ ਗਰਾਊਂਡ ਆ ਅਤੇ ਖੇਡਦੇ ਨੌਜਵਾਨ ਉੱਥੇ? ਹਾਂ, ਬੱਚੇ ਖੇਡਦੇ ਨੇ ਉੱਥੇ, ਆਉਂਦੇ ਜਾਂਦੇ। ਠੀਕ। ਸੈਰ ਪਾਰਕ ਮਤਲਬ ਨਹੀਂ, ਪਾਰਕ ਵਾਲਾ ਹਿਸਾਬ ਹੀ ਹੈ ਜਦੋਂ ਗਰਾਊਂਡ ਪਾਰਕ ਹੀ। ਠੀਕ। ਨਹੀਂ, ਪਾਰਕ ਹੀ ਅਲੱਗ ਪਾਰਕ ਹੁੰਦੇ, ਝੂਲੇ ਝਾਲੇ ਲੱਗੇ ਹੁੰਦੇ ਆ ਉਹਦੇ ਵਿੱਚ? ਉਹ ਨਹੀਂ ਆ, ਉਹ ਸਿਸਟਮ ਨਹੀਂ ਆ। ਪਾਰਕ ਵਿੱਚ ਜਦੋਂ ਗਰਾਊਂਡ ਦੇ ਸਰਕਾਰੀ ਮਿਲੇ ਤਾਂ ਪਾਰਕ ਵੀ ਲਾਤਾ, ਉਹਦੀ ਜਗ੍ਹਾ ਹੈਗੀ। ਜਗ੍ਹਾ ਹੈ। ਠੀਕ। ਤੁਹਾਨੂੰ ਕਿੰਨੀ ਕੁ ਵੋਟ ਪਾਓਗੇ ਕਿ ਤੁਹਾਡੀ ਜਿਹੜਾ ਪਿੰਡ ਹੈ ਅਤੇ ਤੁਹਾਡੇ ਪਿੰਡ ਦਾ ਬੂਥ ਜਿਹੜਾ ਤੁਹਾਡੇ ਇਲਾਕੇ 'ਚ ਪੈਂਦਾ ਹੈ ਉਹ ਕਿੰਨੀ ਕੁ ਵੋਟ 'ਤੇ ਜਿੱਤੇਗਾ? ਦੇਖੋ, ਇਹੋ ਤਾਂ ਸਾਡੇ ਹਲਕੇ ਦੇ ਵਧਾਈ ਜਿਹੜੇ ਨੇ, ਹਰ ਪਿੰਡ ਵਿੱਚ ਉਹਨਾਂ ਗ੍ਰਾਂਟ ਬਹੁਤ ਦਿੱਤੀ ਹੈ। ਹਾਂਜੀ। ਵਿਕਾਸ ਪੱਖੋਂ ਕੋਈ ਕਸਰ ਨਹੀਂ ਰਹੀ ਅਤੇ ਇਹੋ ਤਾਂ ਲੋਕ ਉਹਨਾਂ ਦੇ ਨਾਲ ਹੀ ਨੇ, ਜਦੋਂ ਵਿਕਾਸ ਹੋਇਆ ਅਤੇ ਕੰਮ ਵੀ ਜਿਹੜੇ ਆ ਪੈਂਦੇ ਉਹ ਹੁੰਦਾ ਆ, ਜਿਹੜੇ ਵਿਧਾਇਕ ਮੰਤਰੀ ਨੇ ਉਹ ਸਾਡਾ ਕਰਦੇ ਨੇ ਅਤੇ ਇਹੋ ਤਾਂ ਪਬਲਿਕ ਜਿਹੜੀ ਆ ਉਹ ਕਾਂਗਰਸ ਸਰਕਾਰ ਨਾਲ ਹੀ। ਹਾਂਜੀ। ਅਤੇ ਜਿੱਤਣ ਦੇ ਵੀ ਸਾਰ ਹੈਗੇ ਨੇ। ਬਿਲਕੁਲ ਬਿਲਕੁਲ। ਠੀਕ ਹੈ। ਠੀਕ ਹੈ। ਅਤੇ ਇਹਦਾ ਮਤਲਬ ਹੈ ਕਿ ਤੁਹਾਡਾ ਬੂਥ ਹੈ ਜਿਹੜਾ ਉਹ ਜਿੱਤੇਗਾ? ਜਿੱਤੇਗਾ ਵੀ, 100% ਜਿੱਤੇਗਾ। ਠੀਕ ਹੈ। ਅਤੇ ਅੱਛਾ ਸਰ, ਇਸ ਤੋਂ ਬਾਅਦ ਫਿਰ ਇਲੈਕਸ਼ਨ ਤੋਂ, MLA ਦੀ ਇਲੈਕਸ਼ਨ ਤੋਂ ਸਾਲ ਡੇਢ ਸਾਲ ਬਾਅਦ ਸਰਪੰਚੀ ਦੀ ਇਲੈਕਸ਼ਨ ਆ ਜਾਂਦੀ ਹੈ। ਹਾਂਜੀ। ਅਤੇ ਉਸ ਵਾਸਤੇ ਆਪਣੀ ਕੀ ਤਿਆਰੀ? ਆਪਣੀ ਤਿਆਰੀ ਪਬਲਿਕ ਦੇ ਨਾਲ ਹੀ ਹੈ, ਜੋ ਫੈਸਲਾ ਪਿੰਡ ਵਾਲਿਆਂ ਦਾ ਹੋਏਗਾ ਉਹ ਹੀ ਹੋਣਾ। ਠੀਕ। ਨਹੀਂ ਕੋਈ ਇਹ ਥੋੜ੍ਹਾ ਜਿਹਾ ਪਬਲਿਕ ਦੀ ਚੀਜ਼ ਆ, ਜਾਂ ਜਾਂ ਵਿਧਾਇਕ ਆ ਹਲਕੇ ਦਾ, ਜਾਂ ਬਣ ਜਾਏਗਾ ਮੌਜੂਦਾ ਸਰਕਾਰ, ਉਹ ਜੋ ਫੈਸਲਾ ਦੇਗੀ ਉਹ। ਹਾਂ, ਇਹ ਗੱਲ ਬਿਲਕੁਲ ਸਹੀ ਹੈ ਸਰ ਤੁਹਾਡੀ, ਬਹੁਤ ਵਧੀਆ ਸਰ ਤੁਸੀਂ ਆਨਸਰ ਦਿੱਤਾ ਕਰਦੇ ਹਾਂ। ਅਤੇ ਤੁਸੀਂ ਸਰ ਕੁਛ ਕਹਿਣਾ ਚਾਹੋ ਤਾਂ ਕਹਿ ਸਕਦੇ ਜੀ। ਹਾਂ, ਹੋਰ ਕੀ ਕਹਿਣਾ, ਜਿਹੜੇ ਵਿਚਾਰ ਮੰਨਦੇ ਹੈਗੇ ਤੁਹਾਨੂੰ ਦੱਸਦੇ ਨੇ। ਠੀਕ। ਅਤੇ ਅਸੀਂ ਤੁਹਾਡਾ ਬਹੁਤ ਬਹੁਤ ਆਪਣੇ ਚੈਨਲ 'ਤੇ ਆਪਣੇ ਵੱਲੋਂ ਤਹਿ ਦਿਲੋਂ ਧੰਨਵਾਦ ਕਰਦੇ ਹਾਂ। ਧੰਨਵਾਦ ਹੈ ਸਰ। ਅਤੇ ਮੈਂ ਕੁਲਵੰਤ ਸਿੰਘ ਢਿੱਲੋਂ ਪੰਜਾਬ ਫੋਕਸ ਚੈਨਲ ਤੋਂ ਦੇਖਦੇ ਦਰਸ਼ਕਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ। ਅਤੇ ਜਿੱਦਾਂ ਤੁਹਾਨੂੰ ਦੱਸਿਆ ਕਿ ਕੁਲਵੰਤ ਸਿੰਘ ਢਿੱਲੋਂ ਪੰਜਾਬ ਫੋਕਸ ਚੈਨਲ ਤੋਂ ਦੇਖਦੇ ਦਰਸ਼ਕਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ। ਕੈਮਰਾਮੈਨ ਅਮਜੋਤ ਸਿੰਘ ਨਾਲ ਧੰਨਵਾਦ। ਸਤਿ ਸ਼੍ਰੀ ਅਕਾਲ। ਫਿਰ ਮੈਂ